بسم اللہ الرحمن الرحیم السلام علیکم دوستو تسی ویکھ رہے ہو اعتماد ٹی وی تے میں تہاڈا دوست منظور احمد دوستو اج آئے ہیں بھائی دا نام ہے محمد فیصل تنولہ روڈ گونا پنڈ دا نام ہے تنولہ روڈ ملت ٹاؤن ملت چوک تحصیل و ضلع فیصل آباد ضلع دے وچ ایک انہاں دا مکمل فارم ہے گوال ہے تے مکمل ہی سیل کرنا چاہتے ہیں مکمل جہدے وچ کوئی تقریباً 30 to 35 مجھن ਟੋਕੜਾਂ ਵੀ ਹਨ ਸਜਰਾਂ ਵੀ ਹਨ ਤਿਆਰ ਵੀ ਹਨ ਗਾਵਾਂ ਹਨ ਕੋਈ ਤਕਰੀਬਨ 15 to 20 ਗਾਵਾਂ ਹਨ ਬੱਛੜੇ ਹਨ ਕੁਰਬਾਨੀ ਵਾਸਤੇ ਘੋੜੇ ਹਨ ਹੋਰ ਵੀ ਮਤਲਬ ਕਾਫੀ ਜਾਨਵਰ ਹਨ ਕਮ ਅਜ਼ ਕਮ ਕੋਈ 50 to 60 ਜਾਨਵਰ ਹੈ ਭਾਈ ਮੁਹੰਮਦ ਫੈਸਲ ਸਾਹਿਬ ਆਪਣਾ ਇਹ ਸੈਟਅਪ ਜਿਹੜਾ ਨਾ ਕੰਪਲੀਟ ਹੀ ਸਾਰਾ ਕੁਝ ਸੇਲ ਕਰਨਾ ਚਾਹੁੰਦੇ ਕੋਈ ਦੋਸਤ ਮੁਕੰਮਲ ਸੈਟਅਪ ਲੈਣਾ ਚਾਹੇ ਇੱਕ ਇੱਕ ਜਾਨਵਰ ਕਰਕੇ ਲੈਣਾ ਚਾਹੇ ਇਹਨਾਂ ਦੇ ਕੋਲ ਹਰ ਤਰ੍ਹਾਂ ਦਾ ਜਾਨਵਰ ਹੈ 2 ਕਿਲੋ ਵਾਲਾ ਵੀ 20 ਕਿਲੋ ਵਾਲਾ ਵੀ 10 ਕਿਲੋ ਵਾਲਾ ਵੀ ਜਿਸ ਤਰ੍ਹਾਂ ਦਾ ਤੁਹਾਨੂੰ ਜਾਨਵਰ ਮੱਝ ਜਾਂ ਗਾਂ ਜਾਂ ਕਿ ਵੱਛੜੇ ਜਿਸ ਤਰ੍ਹਾਂ ਦਾ ਵੀ ਜਾਨਵਰ ਚਾਹੀਦਾ ਹੋਵੇ ਬਾਈ ਦੇ ਨਾਲ ਤੁਸੀਂ ਰਾਬਤਾ ਕਰਕੇ ਬਾਈ ਦਾ ਨੰਬਰ ਅਨਾਊਂਸ ਵੀ ਕਰਵਾ ਦਿੰਦੇ ਹਾਂ ਅਤੇ ਬਾਈ ਦਾ ਸਕਰੀਨ 'ਤੇ ਵੀ ਨੰਬਰ ਲਗਾ ਦੇਵਾਂਗੇ ਫੈਸਲਾਬਾਦ ਜ਼ਿਲ੍ਹੇ ਦੇ ਵਿੱਚ ਇਹ ਪੂਰਾ ਗਵਾਲ ਮੁਕੰਮਲ ਫਾਰਮ ਇਹ ਸੇਲ ਕਰਨਾ ਚਾਹੁੰਦੇ ਨੇ ਕੋਈ ਦੋਸਤ ਆ ਕੇ ਵਿਜ਼ਿਟ ਕਰਨਾ ਚਾਹੇ ਜਾਂ ਇਹਨਾਂ ਨਾਲ ਰਾਬਤਾ ਕਰਕੇ ਵੀਡੀਓ ਮੰਗਵਾਉਣਾ ਚਾਹੇ ਜਾਂ ਸਾਡੇ ਨਾਲ ਰਾਬਤਾ ਕਰਕੇ ਵੀਡੀਓ ਮੰਗਵਾਉਣਾ ਚਾਹੇ ਮਿਲ ਸਕਦਾ ਤੁਹਾਨੂੰ ਨੰਬਰ ਬਾਈ ਫੈਸਲਾ ਆਪਣਾ ਬੋਲਿਆ ਜੀ 0300 72 75 078 0300 72 75 078 ਵਟਸਐਪ ਨੰਬਰ ਬਾਈ ਹੋਰਾਂ ਦਾ ਇਹੀ ਆ ਬਾਈ ਫੈਸਲ ਦਾ ਵਟਸਐਪ 'ਤੇ ਕੋਈ ਨੰਬਰ 'ਤੇ ਰਾਬਤਾ ਕਰਨਾ ਚਾਹੇ ਜਾਂ ਕਿ ਵੈਸੇ ਤੁਸੀਂ ਰਾਬਤਾ ਕਰ ਸਕਦੇ ਹੋ ਥੋੜ੍ਹਾ ਜਿਹਾ ਫਾਰਮ ਦਾ ਜਾਂ ਗਵਾਲ ਦਾ ਐਵੇਂ ਛੋਟਾ ਜਿਹਾ ਵਿਜ਼ਿਟ ਐਵੇਂ ਕਰਾ ਦਿਓ ਫਿਰ ਇੱਕ ਕਰਕੇ ਦੋਸਤੋ ਬਾਰਿਸ਼ ਵੀ ਹੋ ਰਹੀ ਹੈ ਅਸੀਂ ਸਫ਼ਰ ਕਰਕੇ ਆਏ ਹਾਂ ਇਹਨਾਂ ਦੇ ਕੋਲ ਲੇਕਿਨ ਹੁਣ ਵੀਡੀਓ ਬਣਾਉਣਾ ਮਜਬੂਰੀ ਬਣ ਗਈ ਹੈ ਥੋੜ੍ਹੇ ਟਾਈਮ ਹੈ ਤੁਹਾਨੂੰ ਜਾਨਵਰ ਦਿਖਾਈ ਜਾਂਦੇ ਹਾਂ ਅਗਰ ਕੋਈ ਦੋਸਤ ਇੰਟਰਸਟ ਰੱਖਦਾ ਹੋਵੇ ਜਿਹੜੀ ਜੋਟੀ ਕਹਿਣਗੇ ਤੁਸੀਂ ਮਜ਼ੀਦ ਇਹਨਾਂ ਨੂੰ ਕਾਲ ਕਰਕੇ ਵੀਡੀਓ ਮੰਗਵਾ ਸਕਦੇ ਹੋ ਟੋਕੜਾ ਸਜਰਾਂ ਜਿਸ ਤਰ੍ਹਾਂ ਦਾ ਵੀ ਤੁਸੀਂ ਕਹੋਗੇ ਵੀਡੀਓ ਤੁਹਾਨੂੰ ਦੇ ਦੇਣਗੇ ਬਾਕੀ ਅਸੀਂ ਥੋੜ੍ਹੇ ਥੋੜ੍ਹੇ ਕਰਕੇ ਤੁਹਾਨੂੰ ਜਾਨਵਰ ਦਿਖਾਈ ਜਾਂਦੇ ਹਾਂ ਰੇਟ ਵਗੈਰਾ ਫਿਰ ਇਹਨਾਂ ਦੇ ਨਾਲ ਸਾਰਾ ਕੁਝ ਤੁਸੀਂ ਆਪ ਹੀ ਕਰ ਲਿਆ ਜੇ ਥੋੜ੍ਹਾ ਜਿਹਾ ਵਿਜ਼ਿਟ ਕਰਵਾ ਦੇਵੋ ਮੱਝਾਂ ਦਾ ਮੱਝਾਂ ਖੜੀਆਂ ਤਕਰੀਬਨ 9-10 ਇੱਥੇ ਖੜੀਆਂ ਇੱਕ ਸੰਡਾ ਵੀ ਹੈ ਜੀ ਇਹਨਾਂ ਦੇ ਕੋਲ ਬੱਛੜੇ ਹਨ ਗਾਵਾਂ ਹਨ ਪੂਰਾ ਫਾਰਮ ਹੈ ਗਵਾਲ ਦਾ ਜਿਨ੍ਹਾਂ ਦੇ ਤਕਰੀਬਨ 50 to 60 ਜਾਨਵਰ ਅਤੇ ਮੁਸ਼ਤਮਲ ਹੈ ਬਾਈ ਦਾ ਨੰਬਰ ਬੋਲ ਦਿੱਤਾ ਹੈ ਫੈਸਲਾਬਾਦ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਫੈਸਲਾਬਾਦ ਮਿਲਤ ਟਾਊਨ ਜਾਂ ਮਿਲਤ ਚੌਕ ਤਨੋਲਾ ਰੋਡ ਇਹ ਮਿਲਤ ਚੌਕ ਤਾਂ ਜੀ ਮਿਲਤ ਟਾਊਨ ਘੋਨਾ ਪਿੰਡ ਹੈ ਜੀ ਘੋਨਾ ਪਿੰਡ ਮਜ਼ੀਦ ਤੁਹਾਡਾ ਨੰਬਰ ਹੈ ਦੋਸਤ ਜਿਨ੍ਹਾਂ ਨੇ ਵੀ ਰਾਬਤਾ ਕਰਨਾ ਹੋਇਆ ਤੁਹਾਡੇ ਨਾਲ ਰਾਬਤਾ ਕਰ ਲਏ ਸਨ ਅਤੇ ਦੋਸਤੋ ਗਾਵਾਂ ਵੀ ਤੁਹਾਨੂੰ ਦਿਖਾ ਰਹੇ ਹਨ ਮੱਝਾਂ ਵੀ ਦਿਖਾ ਰਹੇ ਹਨ ਬਾਕੀ ਮਜ਼ੀਦ ਡਿਟੇਲ ਦੇ ਸਭ ਦਿਖਾਈ ਜਾਵੋ ਜੋਟੀਆਂ ਵੀ ਮਾਸ਼ਾਅੱਲਾ ਵਿੱਚ ਪਹਿਲਣਾ ਦੂਜਣਾ ਟੋਕੜਾਂ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਦੱਸ ਰਿਹਾ ਦੋਸਤੋ ਕਿ 50 to 60 ਗਾਲਬਨ ਜ਼ਿਆਦਾ ਹੋਣਗੇ ਜਿਹੜੇ ਇਹਨਾਂ ਦੇ ਕੋਲ ਜਾਨਵਰ ਹਨ ਤੁਸੀਂ ਕੋਈ ਦੋਸਤ ਇਹ ਪਸੰਦ ਕਰਦਾ ਹੋਵੇ ਇੱਕ ਇੱਕ ਮੱਝ ਖਰੀਦਣਾ ਚਾਹੇ ਜ਼ਿਆਦਾ ਖਰੀਦਣਾ ਚਾਹੇ ਰਾਬਤਾ ਕਰਕੇ ਬਾਈ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਸਾਡੇ ਨਾਲ ਰਾਬਤਾ ਕਰੋ ਕੋਈ ਦੋਸਤ ਆ ਕੇ ਦੇਖਣਾ ਚਾਹੇ ਪਸੰਦ ਕਰਕੇ ਖਰੀਦ ਸਕਦਾ ਗਵਾਲ ਦੀਆਂ ਮੱਝਾਂ ਵੀ ਹਨ ਸ਼ੌਕ ਦੀਆਂ ਵੀ ਹਨ ਚੰਗੀਆਂ ਮਾਸ਼ਾਅੱਲਾ ਮੱਝਾਂ ਠੀਕ ਹਨ ਸੋਹਣੀਆਂ ਬੱਛੜੇ ਵੀ ਦਿਖਾ ਦਿਓ ਬੱਚੇ ਵੀ ਥੱਲੇ ਸਜਰਾਂ ਵੀ ਸੂਈਆਂ ਹੋਈਆਂ ਹਨ ਕੱਟੀ ਹੈ ਕੱਟਾ ਹੈ ਥੱਲੇ ਕੋਈ ਆਹ ਬੱਚਾ ਵੀ ਹੈ ਇਹ ਕੱਟਾ ਹੈ ਜੀ ਇਹ ਬੱਚੇ ਗਾਵਾਂ ਦੇ ਸਜਰਾਂ ਸੂਈਆਂ ਹੋਈਆਂ ਵੱਛੀ ਹੈ ਗਾਵਾਂ ਨੂੰ ਤੁਹਾਨੂੰ ਹੁਣ ਨਾ ਆਹ ਥੋੜ੍ਹਾ ਜਿਹਾ ਉੱਧਰ ਵੀ ਨਿਗਾਹ ਮਰਾ ਦੇਵੋ ਮੱਝਾਂ ਦੇ ਬੱਚੇ ਵੀ ਹਨ ਥੱਲੇ ਇਹ ਨਿਗਾਹ ਮਰਾ ਦੇਵੋ ਇਹ ਕੱਟਾ ਅੱਗੇ ਵੀ ਕੱਟੇ ਹਨ ਇਹ ਵੀ ਬੱਚੇ ਖੜੇ ਉਹ ਵੀ ਮੱਝਾਂ ਔਰ ਆਹ ਮੱਝਾਂ ਅੱਗੇ ਦਿਖਾ ਦੇਵੋ ਸ਼ਾਹ ਛਤਰੀ ਚਾਹ ਛਤਰੀ ਕੈਮਰਾ ਤੋਂ ਬਚਾਉਣਾ ਇਹ ਮੱਝਾਂ ਦੋਸਤੋ ਖੜੀਆਂ ਨੇ ਠੀਕ ਉਹ ਲੈ ਉਹ ਉੱਥੇ ਇੱਕ ਇੱਕ ਕਰਕੇ ਨਾ ਇਹਨਾਂ ਨੂੰ ਦਿਖਾਈ ਉਹ ਗਾਵਾਂ ਵੀ ਉੱਧਰ ਦੋਸਤਾਂ ਖੜੀਆਂ ਨੇ ਤੇ ਉਹ ਘੋੜੀ ਹੈ ਹਾਂਜੀ ਘੋੜੀ ਹੈ ਜੀ ਘੋੜੀ ਵੀ ਹੈ ਜੀ ਇਹਨਾਂ ਦੇ ਕੋਲ ਬੜੀ ਨਸਲੀ ਘੋੜੀ ਹੈ ਜੀ ਕੁਮੈਤ ਕਲਰ ਦੀ ਘੋੜੀ ਸੇਲ ਕਰਨ ਵਾਸਤੇ ਆ ਬਾਈ ਉਹਨਾਂ ਦੇ ਕੋਲ ਇਹ ਬੱਛੜੇ ਬੱਛੜਿਆਂ ਨੂੰ ਦਿਖਾਇਆ ਜੀ ਇਹ ਘੋੜੀ ਰੇੜੇ ਵਾਸਤੇ ਰਹਿਣ ਹਾਂਜੀ ਰੇੜੇ ਤੇ ਇਹਨੂੰ ਆਪਣਾ ਕਰਦੇ ਹੋ ਇਸਤੇਮਾਲ ਪੱਠੇ ਪੁੱਠੇ ਲਿਆਉਣ ਵਾਸਤੇ ਠੀਕ ਹੋ ਗਿਆ ਗਾਵਾਂ ਦੋਸਤੋ ਖੜੀਆਂ ਫਰੀਦਨ ਕ੍ਰਾਸ ਵੀ ਹਨ ਤੇ ਸਾਈਵਾਲ ਦੀਆਂ ਵੀ ਬੱਛੜੇ ਇੱਧਰ ਥੋੜੇ ਦਿਖਾ ਦਿਆ ਜਾਂ ਕੁਰਬਾਨੀ ਤੇ ਹੈ ਨਾ ਦੁੰਦੇ ਛੋਟੇ ਨੇ ਛੋਟੇ ਨੇ ਇਹ ਮੇਰਾ ਖਿਆਲ ਹੈ ਦੁੰਦਾ ਖੈਰ ਦੋਸਤੋ ਜਿਸ ਤਰ੍ਹਾਂ ਦੇ ਤੁਹਾਨੂੰ ਜਾਨਵਰ ਚਾਹੀਦੇ ਹੋਏ ਬ੍ਰੇਕ ਲੈ ਕੇ ਉੱਥੇ ਅੱਛਾ
ਕਿਆ ਦੋਸਤੋ ਇੱਕ ਨੰਬਰ ਤੇ ਮੈਂ ਤੁਹਾਨੂੰ ਦਿਖਾ ਰਹੇ ਹਾਂ ਮੱਝ ਮਾਸ਼ਾਅੱਲਾ ਗਵਾਲ ਵਾਲੀ ਦੁੱਧ ਵਾਲੀ ਚੰਗੀ ਉੱਚੀ ਲੰਮਾ ਕੱਦ ਦੇ ਸੀ ਮਾਸ਼ਾਅੱਲਾ ਮੋਟੀ ਤਾਜ਼ੀ ਤੇ ਸੌਖੀ ਥੋੜ੍ਹਾ ਜਿਹਾ ਅਗਰ ਤੁਰਨ ਦੇਵੋ ਥੋੜ੍ਹੀ ਥੋੜ੍ਹੀ ਦੋਸਤੋ ਦਿਖਾਉਣੀ ਹੈ ਕਿਉਂਕਿ ਜਾਨਵਰ ਜ਼ਿਆਦਾ ਹਨ ਵੀਡੀਓ ਕਾਫੀ ਲੰਬੀ ਹੋ ਜਾਏਗੀ ਬਾਕੀ ਤੁਹਾਨੂੰ ਦੱਸਿਆ ਕਿ ਕੋਈ ਡਿਟੇਲ ਤੁਹਾਨੂੰ ਚਾਹੀਦੀ ਹੋਵੇ ਬਾਈ ਫੈਸਲ ਦੇ ਨਾਲ ਰਾਬਤਾ ਕਰਕੇ ਤੁਸੀਂ ਵੀਡੀਓ ਦੁਬਾਰਾ ਕਲਿੱਪ ਮੰਗਵਾਉਣਾ ਚਾਹੋ ਮੰਗਵਾ ਸਕਦੇ ਹੋ ਜਿਸ ਤਰ੍ਹਾਂ ਦੀ ਡਿਮਾਂਡ ਹਾਂ ਜਿਸ ਤਰ੍ਹਾਂ ਦੀ ਤੁਹਾਡੇ ਡਿਮਾਂਡ ਹੋਈ ਸੱਜਰ ਦੀ ਹੋਈ ਅਤੇ ਉੱਕੜ ਦੀ ਹੋਈ ਜਿਸ ਤਰ੍ਹਾਂ ਦੀ ਵੀ ਡਿਮਾਂਡ ਹੋਈ ਨਾ ਤੁਸੀਂ ਮੰਗਵਾ ਸਕਦੇ ਹੋ ਇੱਕ ਨੰਬਰ 'ਤੇ ਦਿਖਾ ਇਹਨੂੰ ਥੋੜ੍ਹਾ ਜਿਹਾ ਦਿਖਾ ਲਵੋ ਮਾਸ਼ਾਅੱਲਾ ਥਾਂ ਥੁਣ ਸੋਹਣਾ ਮੱਝ ਦਾ ਕੱਦ ਬੜਾ ਸੋਹਣਾ ਮੱਝ ਕੋਲ ਪੁੱਠਾ ਚੰਗਾ ਮੱਝ ਪੁੱਠਾ ਵੇਲ ਸੋਹਣੇ ਸੋ ਮੂੰਹ ਮੱਥੇ ਵਾਲੀ ਮੱਝ ਲੱਗਣੇ ਅੱਗੇ ਲਿਆ ਦੂਸਰੇ ਨੰਬਰ 'ਤੇ ਇਹ ਦੋਸਤੋ ਮੱਝ ਦੇਖ ਰਹੇ ਹੋ ਦੂਸਰੇ ਨੰਬਰ 'ਤੇ ਮੱਝ ਮਾਸ਼ਾਅੱਲਾ ਇਹ ਵੀ ਸੋਹਣੀ ਹਰ ਪਾਸ ਹੁਣ ਸਾਰਿਆਂ ਦੀ ਦੋਸਤੋ ਤਾਰੀਫਾਂ ਨਾਲ ਨਹੀਂ ਮੈਂ ਕਰਦਾ ਜੋ ਚੀਜ਼ ਹੈ ਤੁਹਾਨੂੰ ਦਿਖਾਈ ਜਾ ਰਹੇ ਹੈ ਅੱਗੇ ਪਸੰਦ ਤੁਹਾਡੀ ਆਪਣੀ ਥੋੜ੍ਹਾ ਜਿਹਾ ਤੋੜ ਕੇ ਦਿਖਾਓ ਅੱਗੇ ਕਰਕੇ ਟੋਕੜਾਂ ਹੈਣ ਅਤੇ ਟੋਕੜਾਂ ਦੇ ਹਿਸਾਬ ਨਾਲ ਜਿਹੜਾ ਦੋਸਤ ਕੋਈ ਪਸੰਦ ਕਰੇ ਗਵਾਲ ਪੂਰਾ ਕੋਈ ਖਰੀਦਣਾ ਚਾਹੇ ਇਹ ਦੋਸਤੋ ਤੀਸਰੇ ਨੰਬਰ 'ਤੇ ਤੁਹਾਨੂੰ ਦਿਖਾ ਰਹੇ ਹਾਂ ਇਹ ਫੈਸਲ ਬਾਈ ਦੱਸ ਰਹੇ ਨੇ ਕਿ ਜਿਹੜੀਆਂ ਇਹ ਇੱਥੇ ਥੋੜ੍ਹਾ ਜਿਹਾ ਕੈਮਰਾ ਘੁਮਾਇਆ ਜੇ ਆ ਪਹਿਲੇ 10 ਦਿਖਾਵਾਂਗੇ ਨਾ ਇਹ ਕੋਈ 7 ਮਹੀਨੇ ਦੀ ਬਣੀ ਹੋਈ ਕੋਈ 8 ਮਹੀਨੇ ਦੀ ਬਣੀ ਕੋਈ 9 ਮਹੀਨੇ ਦੀ ਬਣੀ ਗਰੰਟਡ ਬਣੀ ਹੋਈ ਹੈ ਫੈਸਲ ਬਾਈ ਪਾਸ ਕਰਵਾ ਕੇ ਦਿਓਗੇ ਇਹ ਜਿਹੜੀਆਂ ਬਣੀ ਹੋਈ ਆ ਤੁਸੀਂ ਸਾਈਡ ਤੇ ਕੀਤੀ ਹੋਈ ਆ ਹਾਂਜੀ ਇਹ ਸਭ ਸਾਈਡ ਤੇ ਕੀਤੀ ਮਤਲਬ ਇਹ ਜਿਹਨੇ ਇਹ ਵੀ ਹੁਣ ਬਣੀ ਹੋਈ ਹੈ ਜਿਹੜੀ ਪਕੜੀ 10 ਮਹੀਨੇ 9 ਮਹੀਨੇ 8.5 ਮਹੀਨੇ ਹਾਂ ਅੱਛਾ 10 ਨੇ 9 ਮਹੀਨੇ 10 ਮਹੀਨੇ ਦੇ ਸੂਪ ਹੁੰਦੇ ਮਤਲਬ ਕਿ 7 6 7 7 8 7 6 7 ਸਾਰੀਆਂ ਨਾ ਕੋਈ 6 ਮਹੀਨੇ ਦੀ ਕੋਈ 5 ਮਹੀਨੇ ਦੀ ਕੋਈ 4 ਮਹੀਨੇ ਦੀ ਸਾਰੀਆਂ ਬਣੀ ਹੋਈਆਂ ਤੇ ਇਹ ਆਪਣਾ ਬਾਈ ਫੈਸਲ ਤੁਹਾਨੂੰ ਚੈੱਕ ਕਰਵਾ ਕੇ ਪਾਸ ਕਰਵਾ ਕੇ ਦੇਣਗੇ ਮਤਲਬ ਕੋਈ ਡਾਕਟਰ ਨੇ ਅੱਗੇ ਆ 4 ਨੰਬਰ ਤੇ ਜੋਟੀ ਤੁਸੀਂ ਦੇਖ ਰਹੇ ਹੋ ਦੋਸਤੋ ਮਾਸ਼ਾਅੱਲਾ ਸੋਹਣੀ ਜੋਟੀ ਹੈ ਕੱਦ ਵੇਲ ਵਾਲੀ ਹੈ ਸਿੰਘ ਥੋੜ੍ਹੇ ਜਿਹੇ ਖੁੱਲੇ ਸੋ ਥੋੜ੍ਹੇ ਤੋਰੀ ਚੱਲੋ ਜੀ ਅਤੇ ਇਹ ਦੋਸਤੋ ਵਾਰ ਵਾਰ ਕਹਿ ਰਹੇ ਕਿ ਇਹ ਬਣੀਆਂ ਹੋਈਆਂ ਗਰੰਟਡ ਬਾਈ ਫੈਸਲ ਕਹਿ ਰਹੇ ਨੇ ਇਹ ਨਹੀਂ ਹੁਣ ਅਸੀਂ ਸਾਰੀਆਂ ਦਾ ਡਿਟੇਲ ਦੇ ਸਕਦੇ ਬਾਕੀ ਇਹ ਹੈ ਕਿ 5 ਮਹੀਨੇ ਦੀ 4 ਮਹੀਨੇ ਦੀ 3 ਮਹੀਨੇ ਦੀ ਬਣੀਆਂ ਜ਼ਰੂਰ ਹੋਈਆਂ ਨੇ ਲਓ ਜੀ ਇਹ ਮਾਸ਼ਾਅੱਲਾ ਬਹੁਤ ਪਿਆਰੀ ਝੋਟੀ ਹੈ ਮਾਸ਼ਾਅੱਲਾ ਮੂੰਹ ਮੱਥਾ ਜੱਜੀ ਮੂੰਹ ਮੂੰਹ ਤੇ ਥੋੜ੍ਹੇ ਮੁੱਛ ਬੱਗੀ ਸੋ ਦੂਸਰਾ ਸੂਆ ਹੈ ਹਾਂਜੀ ਤੇ 10ਵਾਂ ਮਹੀਨਾ ਇਹਨੂੰ ਲੱਗਾ ਹੋਇਆ ਹੈ 10ਵਾਂ ਨਹੀਂ ਆਪਣਾ 8ਵੇਂ ਤੋਂ 9ਵਾਂ ਹੋ ਸਕਦਾ 9ਵਾਂ ਹੋ ਸਕਦਾ ਨਹੀਂ 10ਵਾਂ ਮਹੀਨਾ 9ਵੇਂ ਤੋਂ ਬਾਅਦ ਸੂਪ ਆਉਂਦੇ ਨੇ ਫਿਰ 10ਵੇਂ ਤੋਂ ਬਾਅਦ 10ਵੇਂ ਤੋਂ ਬਾਅਦ 10ਵੇਂ ਦੇ ਤਕਰੀਬਨ ਕਰੀਬ ਕਰੀਬ 10ਵਾਂ ਜਦੋਂ ਮੁਕੰਮਲ ਹੋ ਜਾਂਦਾ ਨਾ ਉਹਦੇ 5-7 ਦਿਨ ਲੈਂਦੇ ਨੇ ਸੂਪ ਅਜੇ ਤੇ ਜ਼ਿਆਦਾ ਦਿਨ ਲੈਂਦੇ ਹੀ ਹੈ ਹਾਂਜੀ ਬਸ ਇਹ ਬਾਈ ਹੋਰਾਂ ਤੋਂ ਜਰਬਾ ਨਹੀਂ ਠੀਕ ਹੈ ਬਾਈ ਹੋਰਾਂ ਨੇ ਬਾਈ ਫੈਸਲ ਨੇ ਗਵਾਲ ਫਾਰਮ ਬਣਾਇਆ ਸੀ ਲੇਕਿਨ ਇੰਨਾ ਖਾਸ ਤਜਰਬਾ ਨਹੀਂ ਹੈ ਇਹਨਾਂ ਦਾ ਮੱਝ ਮਾਸ਼ਾਅੱਲਾ ਢੇਰ ਚੰਗੀ ਕੱਦ ਤਕੜੀ ਕੱਦਾਵਰ ਮੱਝ ਪੂਛਲ ਥੋੜੀ ਛੋਟੀ ਤੋਂ ਬਾਕੀ ਅਜੇ ਨਾ ਕੱਚੀ ਹੈ ਥੱਲੋਂ 2 ਮਹੀਨੇ ਲੈਂਦੇ ਹੀ ਔਰ ਬਾਈ ਫੈਸਲ ਨੂੰ ਤਾਂ ਸ਼ਾਇਦ ਇੰਨਾ ਨਹੀਂ ਇਹਨਾਂ ਦੇ ਬਾਰੇ ਆਈਡੀਆ ਚਲੋ ਸਾਡਾ ਛੋਟਾ ਮੋਟਾ ਹੈ ਤਾਂ ਮੱਝ ਮਾਸ਼ਾਅੱਲਾ ਸੋਹਣੀ ਮੋਟੀ ਤਾਜ਼ੀ ਸੌਖੀ ਮੱਝ ਯਾਰ ਪਾਸੋਂ ਤਕੜੀ ਮੱਝ ਤਕੜੀ ਚੰਗੀ ਮੱਝ ਅਗਲੀ ਦਿਖਾਓ ਜੀ ਅੱਗੇ ਲੈ ਆਓ ਜੀ ਇਹ ਦੋਸਤੋ ਅੱਗੇ ਤੁਸੀਂ ਮੱਝ ਦੇਖ ਰਹੇ ਹੋ ਦੋਸਤੋ ਥੋੜ੍ਹੀਆਂ ਥੋੜ੍ਹੀਆਂ ਕਰਕੇ ਦਿਖਾ ਰਹੇ ਹਾਂ ਸਿਰਫ ਮਾਜ਼ਰਤ ਨਾਲ ਇਸ ਵਜ੍ਹਾ ਤੋਂ ਕਿ ਜਾਨਵਰ ਜ਼ਿਆਦਾ ਹਨ ਅਤੇ ਇਹ ਦੋਸਤੋ ਅੱਗੇ ਦੇਖ ਰਹੇ ਹੋ ਅਤੇ ਦੱਸ ਹੀ ਰਿਹਾ ਸੀ ਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਏਗੀ ਦੋਸਤੋ ਉਸ ਵਜ੍ਹਾ ਤੋਂ ਮਾਜ਼ਰਤ ਨਾਲ ਥੋੜ੍ਹੇ ਥੋੜ੍ਹੇ ਦਿਖਾ ਰਹੇ ਹਾਂ ਜਾਨਵਰ ਥੋੜ੍ਹੇ ਹੁੰਦੇ ਆ ਅਤੇ ਵੀਡੀਓ ਜ਼ਰੂਰ ਡਿਟੇਲ ਦੇ ਨਾਲ ਬਣਾਉਂਦੇ ਇਹੀ ਕਹਿ ਸਕਦੇ ਹਾਂ ਕਿ ਜਿਹੜਾ ਜਾਨਵਰ ਜਿਸ ਤਰ੍ਹਾਂ ਦਾ ਬਾਈ ਨੂੰ ਚਾਹੀਦਾ ਹੋਵੇ ਨਾ ਤੁਸੀਂ ਫੈਸਲ ਬਾਈ ਨਾਲ ਰਾਬਤਾ ਇਹ ਦੋਸਤੋ ਸੰਡਾ ਜੇ ਮਾਲੀ ਏ ਸਾਣ ਏ ਬਾਈ ਫੈਸਲ ਨੇ ਰੱਖਿਆ ਹੋਇਆ ਇਹ ਬਾਈ ਫੈਸਲ ਇਹਦੇ ਬਾਰੇ ਕੋਈ ਹੈ ਡਿਟੇਲ ਕਿ ਕਿੰਨੀ ਉਮਰ ਹੈ ਕਿੰਨੀ ਵੀ ਮਾਲੀ ਹੈ ਇਹ ਜੀ ਆਪਣਾ 6 ਦੰਦ ਦੇ ਹੋ ਗਏ ਨਾ ਛਿੱਗਾ ਦੂਜੇ ਦੂਸਰੇ ਦਿਖਾਓ ਸਾਰੇ ਦੰਦ ਓ ਲੋ ਜਾ ਕੋਦੂ ਕੋਦੂ ਮਰ ਜਾ ਠੀਕ ਹੈ ਜੀ 6 ਹੈ ਤੇ ਇਹ ਮਾਲੀ ਇਹਦੀ ਕਿੰਨੀ ਹੈ ਜੀ ਤੀਸਰੀ ਮੇਰਾ ਹਾਂ ਤੀਸਰੀ ਹੈ ਭਾਈ ਦੰਦ ਹਾਂ ਠੀਕ ਹੈ ਟੋਰੋ ਟੋਰੋ ਹੋ ਗਿਆ ਮਾਸ਼ਾਅੱਲਾ ਚੰਗਾ ਮੋਟਾ ਤਾਜ਼ਾ ਸੌਖਾ ਮਾਲੀ ਜੇ ਦੋਸਤੋ ਅਗਰ ਕੋਈ ਸਾਣ ਵਾਸਤੇ ਜਾਨਵਰਾਂ ਵਾਸਤੇ ਲੈਣਾ ਚਾਹੁੰਦਾ ਨਾ ਇਹ ਹੈ ਜੇ ਬਈ ਫੈਸਲ ਦੇ ਕੋਲ ਇਹਦੇ ਨਾਲ ਵੀ ਤੁਸੀਂ ਰਾਬਤਾ ਕਰਕੇ ਵੀਡੀਓ ਮੰਗਵਾ ਸਕਦੇ ਹੋ ਆਹੋ ਅੱਗੇ ਉਹਨਾਂ ਮੱਝਾਂ ਤੇ ਲੈ ਬ੍ਰੇਕ ਲਾ ਕੇ ਉੱਥੇ ਲੈ ਚੱਲਾਂ ਇਹ ਦੋਸਤੋ ਇਸ ਤੋਂ ਬਾਅਦ ਜਿਹੜੀਆਂ ਮੱਝਾਂ ਦਿਖਾ ਰਹੇ ਇਹ ਫੈਸਲ ਬਾਈ ਕੋਈ ਨਹੀਂ ਬਣੀਆਂ ਹੋਈਆਂ ਉਹ ਨਹੀਂ ਜੀ ਬਣੀ ਅੱਛਾ ਬਣੀ ਹੋਈ ਆ ਬਣੀ ਹੋਈ ਹੈ ਜੀ ਦੋਸਤੋ ਇਹ ਵੀ ਤਕਰੀਬਨ ਕੋਈ ਹੈ ਆਪਣਾ ਇਹ 3 ਤੋਂ 4 ਮਹੀਨੇ 3-4 ਮਹੀਨੇ ਦੀ ਬਣੀ ਹੋਈ ਹੈ ਕਿ ਬੱਚਾ ਇਹਦੇ ਥੱਲੇ ਕਿਹੜਾ ਇਹਦੇ ਥੱਲੇ ਬੱਚਾ ਕੋਈ ਨਹੀਂ ਜੀ ਅੱਛਾ ਬੱਚਾ ਕੋਈ ਨਹੀਂ ਇਹਦੇ ਥੱਲੇ ਕੋਈ ਨਹੀਂ ਇਹ ਉਂਝ ਦੁੱਧ ਦੇ ਰਹੀਆਂ ਨੇ ਅੱਛਾ ਤੇ ਦੁੱਧ ਕਿੰਨਾ ਕਿ ਆਇਆ ਇਹਦੇ ਥੱਲੇ ਇਹਨਾਂ ਥੱਲੇ ਹੈ ਜੀ 4 ਤੋਂ 5 ਕਿਲੋ 4-5 ਕਿਲੋ ਦੁੱਧ ਹੈ ਥੱਲੇ ਇਹਨਾਂ ਦੇ ਇੱਕ ਟਾਈਮ ਦਾ ਦੋ ਟਾਈਮ ਦੋਨਾਂ ਟਾਈਮਾਂ ਦਾ ਹਾਂ ਨਹੀਂ ਨਹੀਂ ਇੱਕ ਟਾਈਮ ਦਾ ਜਿਹੜਾ 4 ਤੋਂ 5 ਕਿਲੋ ਅੱਛਾ ਅੱਛਾ ਇੱਕ ਟਾਈਮ ਦਾ ਮਤਲਬ ਕਿ 8 ਤੋਂ 10 ਕਿਲੋ ਦੋਨਾਂ ਟਾਈਮਾਂ ਦਾ ਇੱਕ ਦਿਨ ਦਾ ਦੁੱਧ ਹੈ ਹਾਂ ਜੀ ਠੀਕ ਹੋ ਗਿਆ ਲੈ ਆਵੋ ਬਾਹਰ ਲੈ ਆਵੋ ਅੰਦਰ
ਅੱਛਾ ਆ ਦੋਸਤੋ ਇਹਦਾ ਥੱਲੇ ਬੱਚਾ ਵੀ ਆਇਆ ਜੇ ਕੱਟਾ ਥੱਲੇ ਇਸ ਦਾ ਆ ਕੱਟਾ ਹਾਂ ਜੇ ਕੱਟਾ ਵੀ ਨਾਲ ਲਾਜ਼ਮੀ ਦਿਖਾਇਆ ਜੇ ਤੇ ਇਹਦੇ ਥੱਲੇ ਦੁੱਧ ਕਿੰਨਾ ਹੈ ਜੇ ਹਾਂ ਕੋਈ 8 ਕਿਲੋ 8 ਕਿਲੋ ਇੱਕ ਥਣ ਇੱਕ ਥਣ ਇਹਦਾ ਖਰਾਬ ਹੈ ਜੀ ਇੱਕ ਥਣ ਬਿਲਕੁਲ ਕੋਈ ਨਹੀਂ ਨਾਲ ਹੈ ਤਿੱਲੜਾ ਤਿੱਲੜਾ ਤੇ ਆ ਬੱਚਾ ਨਾਲ ਦਿਖਾ ਦੋਗਾ ਕੱਟਾ ਥੱਲੇ ਜੀ ਆ ਅੱਗੇ ਲੈ ਆਓ ਜੀ ਐ ਮਾਸ਼ਾਅੱਲਾ ਜੀ ਦੁੱਧ ਨੂੰ ਬਹੁਤ ਅੱਛੀ ਹੈ ਦੁੱਧ ਕਿੰਨਾ ਕੁ ਦੇ ਰਹੀ ਹੈ ਜੀ ਕਿੰਨਾ ਦੇ ਰਹੀ ਹੈ ਅਗਰ ਇਹਦੇ ਥੱਲੇ 6 ਕਿਲੋ 6 ਕਿਲੋ ਜੀ ਇੱਕ ਟਾਈਮ ਦਾ ਇੱਕ ਟਾਈਮ ਦਾ 6 ਕਿਲੋ ਮਾਸ਼ਾਅੱਲਾ ਮਤਲਬ ਕਿ 12 ਕਿਲੋ ਦੋਨਾਂ ਟਾਈਮਾਂ ਦਾ ਇਹਦੇ ਥੱਲੇ ਬੱਚਾ ਕੋਈ ਨਹੀਂ ਨਹੀਂ ਬੱਚਾ ਨਾ ਮਰ ਗਿਆ ਬੱਚਾ ਇਹਦਾ ਮਰ ਗਿਆ ਦੋਸਤਾਂ ਮੱਝਾਂ ਵੀ ਦੇਖ ਰਹੇ ਹੋ ਬਾਰ ਬਾਰ ਇਹ ਗੱਲ ਕਰ ਰਹੇ ਹਾਂ ਕਿ ਸਾਰੀ ਡਿਟੇਲ ਦੇ ਨਾਲ ਜਾਂ ਵਿਖਾ ਨਹੀਂ ਸਕਦੇ ਹਰ ਦੀ ਡਿਟੇਲ ਲੈ ਦੇ ਜਿਸ ਤਰ੍ਹਾਂ ਦਾ ਤੁਹਾਨੂੰ ਜਾਨਵਰ ਚਾਹੀਦਾ ਹੋਵੇ ਤੁਸੀਂ ਫੈਸਲ ਬਾਈ ਨਾਲ ਰਾਬਤਾ ਕਰਨਾ ਤੁਸੀਂ ਸਿਰਫ ਡਿਮਾਂਡ ਦੱਸਣੀ ਹੈ ਕਿ ਸਾਨੂੰ ਬਣੀ ਹੋਈ ਚਾਹੀਦੀ ਹੈ ਤੋਕੜ ਚਾਹੀਦੀ ਸੱਜਰ ਚਾਹੀਦੀ ਜਾਂ ਤਿਆਰ ਚਾਹੀਦੀ ਸਾਨੂੰ ਬਾਈ ਫੈਸਲ ਵੀਡੀਓ ਦਿੰਦੇ ਜਾਣਗੇ ਵਟਸਐਪ 'ਤੇ ਜਿਸ ਮੇਰੇ ਬਾਈ ਨੇ ਇੱਕ ਕਾਇੰਡਲੀ ਰਿਕੁਐਸਟ ਇਹ ਹੈ ਕਿ ਕਿਸੇ ਨੇ ਬਾਈ ਫੈਸਲ ਨੂੰ ਬਿੱਲਾ ਵਜਾਂ ਤੰਗ ਨਹੀਂ ਲੈ ਚਲੋ ਅੱਗੇ ਦਿਖਾਉਂਦੇ ਚਲੋ ਬਿੱਲਾ ਵਜਾਂ ਨਹੀਂ ਤੰਗ ਕਰਨਾ ਮਿਹਰਬਾਨੀ ਇਹ ਵੀ ਇੱਜ਼ਤਦਾਰ ਮੁਅੱਜ਼ਜ਼ ਆਦਮੀ ਹਨ ਕੋਈ ਐਵੇਂ ਹੀ ਵੀਡੀਓ ਮੰਗਵਾਉਂਦਾ ਰਹੇ ਜਾਂ ਤੰਗ ਕਰਦਾ ਰਹੇ ਤਾਂ ਕਾਇੰਡਲੀ ਜਿਹੜਾ ਦੋਸਤ ਖਰੀਦਣਾ ਚਾਹੇ ਜਾਂ ਦਿਲਚਸਪੀ ਰੱਖਦਾ ਹੋਵੇ ਖਰੀਦਣ ਵਾਸਤੇ ਤਾਂ ਬੜਾ ਮਿਹਰਬਾਨੀ ਉਹੀ ਦੋਸਤ ਰਾਬਤਾ ਕਰੇ ਬਾਈ ਫੈਸਲ ਨਾਲ ਤਾਂ ਇਨਸ਼ਾਅੱਲਾ ਮੁਕੰਮਲ ਤਾਮਨ ਕਰਨਗੇ ਡਿਟੇਲ ਦੇ ਨਾਲ ਤੁਹਾਨੂੰ ਕੀਮਤ ਵੀ ਦੱਸਣਗੇ ਇਹ ਵੀ ਬਣੀ ਹੈ ਹਾਂਜੀ ਇਹ ਮਾਸ਼ਾਅੱਲਾ ਤਿਆਰ ਹੈ ਲਾਗੇ ਵੇ ਜਿਹੜੇ ਮੇਰੇ ਦੋਸਤ ਬਾਈ ਨੂੰ ਜ਼ਰੂਰ ਇਨਸ਼ਾਅੱਲਾ ਵੀਡੀਓ ਬਣਾਉਂਦੇ ਮੁਕੰਮਲ ਵੀ ਬਣਾਉਂਦੇ ਲੇਕਿਨ ਬਾਰਿਸ਼ ਹੋਣ ਲੱਗ ਪਈ ਆਏ ਤਾਂ ਅਸੀਂ ਜ਼ਰੂਰ ਸੀ ਵੀਡੀਓ ਹੀ ਬਣਾਉਣ ਮਤਲਬ ਕਿ ਡਿਟੇਲ ਦੇ ਨਾਲ ਹਰ ਦੀ ਅਲੱਦ ਅਲੱਦ ਬਣਾਉਂਦੇ ਅੱਗੇ ਲੈ ਆਓ ਇਹ ਮੱਝ ਵੀ ਦੋਸਤੋ ਬਣੀ ਹੋਈ ਜੇ ਮੇਰੇ ਖਿਆਲ ਨਾਲ ਤਕਰੀਬਨ ਕੋਈ 7-8 ਮਹੀਨੇ ਦੀ ਹੋਣੀ ਰਾਊਂਡ ਅਬਾਊਟ ਅਤੇ ਬਾਕੀ ਮਾਸ਼ਾਅੱਲਾ ਮੱਝ ਚੰਗੀ ਮੋਟੀ ਤਾਜ਼ੀ ਸੌਖੀ ਹੈ ਗੁਮਾਉਂਦੇ ਆਵੋ ਪਿੱਛੇ ਅਤੇ ਜਿਹੜੇ ਦੋਸਤ ਬਾਈ ਪਸੰਦ ਕਰਦਾ ਖਰੀਦਣਾ ਚਾਹੇ ਲਾਜ਼ਮੀ ਰਾਬਤਾ ਕਰਨ ਰਾਬਤਾ ਕਰਕੇ ਫੈਸਲ ਬਾਈ ਦੇ ਕੋਲ ਵੀਡੀਓ ਮੰਗਵਾਉਣ ਆਉਣ ਖੁਦ ਆ ਕੇ ਵਿਜ਼ਿਟ ਕਰਨ ਗਰੰਟਡ ਆਪਣਾ ਡਾਕਟਰ ਬੁਲਵਾ ਕੇ ਪਾਸ ਕਰਾਉਣ ਜਿਹੜਾ ਵੀ ਜਾਨਵਰ ਪਸੰਦ ਆਏ ਅਤੇ ਲਾਜ਼ਮੀ ਇੱਕ ਵਾਰੀ ਬਾਈ ਫੈਸਲ ਨਾਲ ਰਾਬਤਾ ਕਰ ਲਓ ਜੀ ਇਹ ਪਹਿਲਨ ਝੋਟੀ ਹੈ ਪਹਿਲਨ ਝੋਟੀ ਹੈ ਦੋਸਤੋ ਅਤੇ ਸੂਈ ਨੂੰ ਤਕਰੀਬਨ ਕਿੰਨੇ ਕੁ ਦਿਨ ਹੋ ਗਏ ਇਹਨੂੰ ਹੋ ਗਿਆ ਜੀ 5 ਕੁ ਮਹੀਨੇ ਹੋ ਗਏ ਬੱਚਾ ਥੱਲੇ ਕੋਈ ਨਹੀਂ ਬੱਚਾ ਹੈ ਥੱਲੇ ਕੱਟਾ ਥੱਲੇ ਇਹਦੇ ਹਾਂਜੀ ਇਹ ਦੋਸਤੋ ਪਹਿਲਾਂ ਝੋਟੀ ਮਾਸ਼ਾਅੱਲਾ ਬੜੀ ਸੋਹਣੀ ਮੂੰਹ ਮੱਥੇ ਵਾਲੀ ਝੋਟੀ ਹੈ ਬੱਚਾ ਥੱਲੇ ਕੱਟਾ ਇਹਦੇ ਅਤੇ ਦੁੱਧ ਕਿੰਨਾ ਕੁ ਇਹਦੇ ਥੱਲੇ ਜੀ ਦ
ਹੁਣ ਪਾਸ ਨਾ ਤਨਾ ਦੇ ਤਾਂ ਕੋਈ ਮਸਲਾ ਫਾਲਟ ਨਹੀਂ ਹੈ ਬੱਚੇ ਨੇ ਚੁੰਗਾ ਕੇ ਤੇ 8 ਕਿਲੋ ਮਤਲਬ ਕਿ ਮੁਕੰਮਲ ਦੁੱਧ ਦੋਨਾਂ ਟਾਈਮਾਂ ਦਾ 10 ਕਿਲੋ ਹੈ ਮਾਸ਼ਾਅੱਲਾ ਬੜੀ ਸੋਹਣੀ ਜੁੱਟੀ ਹੈ ਲੈ ਆਓ ਅਗਲੀ ਅੱਗੇ ਇੱਧਰ ਦਿਖਾ ਦਿਓ ਜੀ ਆ ਲੈ ਆਓ ਦੂਸਰੀ ਐ ਦੋਸਤੋ ਮੱਝ ਦੁੱਧ ਵਾਸਤੇ ਗਵਾਲ ਵਾਲੀ ਮੱਝ ਮਾਸ਼ਾਅੱਲਾ ਠੀਕ ਮੋਟੀ ਤਾਜ਼ੀ ਸੌਖੀ ਹੈ ਬਾਕੀ ਮੇਰੇ ਭਾਈ ਨੂੰ ਕਿਸੇ ਨੂੰ ਪਸੰਦ ਆਵੇ ਤੇ ਰਾਬਤਾ ਕਰ ਲਿਆ ਉਹ ਵਾਪਸ ਨੂੰ ਲੈ ਆਵੇ ਲੈ ਅੱਗੇ ਲੈ ਵਾ ਜਿਹੜੀ ਮੱਝਾਂ ਰਹਿੰਦੀਆਂ ਜੀ ਪਹਿਲਾਂ ਜੋਟੀ ਦੋਸਤੋ ਦਿਖਾਈ ਹੈ ਨਾ ਜਿਹਦੇ ਥੱਲੇ 8 ਕਿਲੋ ਦੋਨਾਂ ਟਾਈਮਾਂ ਦਾ ਦੁੱਧ ਸੀ 4-1 ਮਹੀਨੇ ਦੀ ਸੂਈ ਉਹਦਾ ਆਹ ਕੱਟਾ ਜੇ ਥੱਲੇ ਚਿੱਟੇ ਮੂੰਹ ਵਾਲਾ ਕੱਟਾ ਮਾਸ਼ਾਅੱਲਾ ਮੁੰਡਾ ਦਾਦਾ ਬਾਕੀ ਇਹ ਮੱਝ ਨਾਲ ਖੜੀ ਹੈ ਇਹ ਵੀ ਸੂਈ ਹੋਈ ਹੈ ਤਾਜ਼ਾ ਸੂਈ ਹੈ 3-4 ਦਿਨ ਦੀ 200 ਸੂਈ ਹੋਈ ਹੈ ਤੇ ਇਹਦੇ ਥੱਲੇ ਕੱਟਾ ਜੇ ਕੱਟਾ ਵੀ ਇਨਸ਼ਾਅੱਲਾ ਨਿਗਾਹ ਮਰਾ ਦਿੰਦੇ ਹਾਂ ਤੇ ਇਹਦੇ ਥੱਲੇ ਦੁੱਧ ਕਿੰਨਾ ਜੀ ਇਹਦੇ ਥੱਲੇ ਜੀ ਤਕਰੀਬਨ ਚੁੰਘਾ ਕੇ ਦੋ ਥਾਣ ਪਾਏ ਕੋਈ 4 ਕਿਲੋ ਦੁੱਧ ਦੇ ਰਹੀ ਟਾਈਮ ਦਾ ਹਾਂਜੀ ਮਤਲਬ ਕਿ 8 ਕਿਲੋ ਦੋਨਾਂ ਟਾਈਮਾਂ ਦਾ ਬੱਚੇ ਨੂੰ ਚੁੰਘਾ ਕੇ ਦੁੱਧ ਉਹ ਪਰਲੀ ਮਾਜ ਨੂੰ ਖੜਿਆ ਕਰਿਆ ਜੀ ਹਈਏ ਕੱਚੀ ਹੈ ਨਾ ਜੀ ਇਸ ਕਰਕੇ ਤੋਕੜਾ ਵੀ ਹੈਣ ਬੱਚੇ ਵੀ ਥੱਲੇ ਸਾਰੀਆਂ ਥੱਲੇ ਬੱਚੇ ਨੂੰ ਹਾਂਜੀ ਇਹ ਗਾਂ ਦੇ ਪਿੱਛੇ ਸੀ ਵੱਛਾ ਹਾਂਜੀ ਇਹਨੂੰ ਹੋ ਗਏ ਨੇ 15 ਦਿਨ ਸੂਈ ਨੂੰ ਤੇ ਵੱਛਾ ਮਰ ਗਿਆ ਵੱਛਾ ਮਰ ਗਿਆ 15 ਦਿਨ ਸੂਈ ਨੂੰ ਹੋ ਗਏ ਅੱਗੇ ਇਹਦਾ ਜੀ
8 ਕਿਲੋ ਤੋਂ ਉੱਤੇ ਉੱਤੇ ਦੇ ਥੱਲੇ ਇੱਕ ਟਾਈਮ ਦਾ ਦੁੱਧ ਹੈ ਜੀ। ਅੱਜ ਇੱਕ ਟਾਈਮ ਦਾ 8 ਕਿਲੋ ਦੁੱਧ, ਮਤਲਬ ਕਿ 16 ਕਿਲੋ ਦੋ ਟਾਈਮਾਂ ਦਾ। ਹਾਂਜੀ, ਥੋੜੀਆਂ ਜਿਹਾ ਕਮਜ਼ੋਰ ਹਨ। ਖੈਰ ਦੋਸਤੋ, ਇਹ ਤਾਂ ਖੁਰਾਕ ਨਾਲ ਇਨਸ਼ਾਅੱਲਾ ਅੱਗੇ ਇਹਦਾ ਇਹਦੇ ਥੱਲੇ ਬੱਚਾ ਹੈ। ਵੱਛੀ ਮਗਰ ਇਹਦੇ 8 ਕਿਲੋ ਦੋਨਾਂ ਟਾਈਮਾਂ ਦਾ ਦੁੱਧ ਹੈ। ਅੱਗੇ ਇਹਦਾ ਜੀ, ਇਹਦੇ ਪਿੱਛੇ ਵੀ ਬੱਚਾ ਹੈ ਜੀ। ਬੱਚਾ ਹੈ, ਵੱਛੀ ਕੇ ਬੱਚਾ, ਇਹ ਬੱਚਾ ਜੀ। ਬੱਚਾ ਥੱਲੇ, ਤੇ ਇਹਦਾ ਦੁੱਧ ਕਿੰਨਾ ਹੈ ਜੀ? ਇਹਦਾ ਕੋ ਹੈ 7 ਕੋ ਕਿਲੋ ਤੋਂ ਉੱਤੇ ਹੀ ਹੈ। 7 ਕਿਲੋ ਦੋਨਾਂ ਟਾਈਮਾਂ ਦਾ। ਅੱਗੇ ਆ ਸਾਈਵਾਲ ਦਾ, ਆ ਸੂਣ ਵਾਲੀ ਵੀ ਹੈ ਜੀ। ਇਹ ਸੂਣ ਵਾਲੀ ਬਣੀ ਹੋਈ ਹੈ? ਹਾਂਜੀ ਹਾਂਜੀ, ਇਹ ਗਾਵਾਂ ਸਾਰੀਆਂ ਆ ਸੋਈਆਂ ਹੀ ਹਨ। ਆ ਸੋਈਆਂ ਜੀ, ਬਿਲਕੁਲ ਆ ਸੋਈਆਂ, ਗਰੰਟੀ ਨਾਲ ਚੈੱਕ ਕਰਵਾਓ। ਕਰ ਚੈੱਕ ਕਰਵਾ ਕੇ ਆ ਸਾਈਵਾਲ ਦੇ ਸਿਰੋਂ ਗੋਨੀ ਹੈ ਜੀ ਦੋਸਤੋ। ਹਾਂਜੀ, ਤੇ ਬਾਕੀ ਮਾਸ਼ਾਅੱਲਾ ਬੜਾ ਸੋਹਣਾ ਥਣ ਥਣ ਲੱਗਾ ਹੈ ਸੁਗੇ। ਇਹਦੇ ਥੱਲੇ ਵੀ 8 ਕਿਲੋ, ਇੱਕ ਟਾਈਮ ਦਾ 8 ਕਿਲੋ, 16 ਕਿਲੋ ਦੋਨਾਂ ਟਾਈਮਾਂ ਦਾ ਦੋਸਤੋ। ਇਹਦੇ ਥੱਲੇ ਦੁੱਧ ਹੈ ਤੇ ਬੱਚਾ ਹੈ, ਇਹਦੇ ਪਿੱਛੇ ਬੱਚਾ ਹੈ ਜੀ, ਉਹ ਲਾਲ ਰੰਗ ਦਾ ਬੱਚਾ ਹੈ ਤੇ ਮਗਰ ਹੈ ਜੀ, ਤੇ ਗੋਨੀ ਸਿਰੋਂ ਮਾਸ਼ਾਅੱਲਾ ਬੜੀ ਸੋਹਣੀ ਹੈ। ਸਾਈਵਾਲ ਨਸਲ ਦੀ ਗਾਂ ਹੈ ਜੀ, ਪੱਠਿਆਂ ਦੀ ਕਮਜ਼ੋਰੀਆਂ ਹਨ, ਬਾਕੀ ਮਾਲ ਠੀਕ ਹੈ। ਬਲੈਕ ਕ੍ਰਾਸ ਅੱਗੇ ਗਾਂ ਹੈ ਜੀ, ਇਹਦੀ ਬੋਲੋ ਜੀ। ਅਰੇ ਵੱਛੀ ਹੈ, ਵੱਛੀ ਥੱਲੇ ਹੈ ਦੁੱਧ ਇਹਦੇ ਕੋਲ ਕਿੰਨਾ ਜੇ ਬੋਲੋ? 7 ਕਿਲੋ ਦੁੱਧ ਆ ਤੇ ਵੱਛੀ ਥੱਲੇ ਆ, ਆਸ ਹੋਈਆਂ ਹੋਈਆਂ ਨੇ, ਬਿਲਕੁਲ ਆਸ ਹੋਈਆਂ। ਇਹ ਵੀ ਆਸ ਹੋਈ ਹੈ, ਇਹ ਵੀ ਆਸ ਹੋਈ ਹੈ, ਵੱਛਾ ਹੈ ਜੀ, ਵੱਛਾ ਦੇ ਮਗਰ ਹੈ ਜੀ। ਹਾਂਜੀ, ਇਹ ਵੀ ਆਸ ਹੋਈ ਹੋਈ ਹੈ। ਅਗਰ ਕਿਸੇ ਦੋਸਤ ਨੂੰ ਪਸੰਦ ਆਂਦੀ ਅੱਗੇ ਸਾਈਵਾਲ ਤੇ ਦੇਸੀ ਕ੍ਰਾਸ ਹੈ, ਇਹਦੇ ਥੱਲੇ ਬੱਚਾ, ਇਹਦੇ ਪਿੱਛੇ ਵੱਛੀ ਹੈ ਜੀ। ਹਾਂਜੀ, ਇਹਦੇ ਥੱਲੇ ਦੁੱਧ ਕਿੰਨਾ ਜੀ? ਇਹਦੇ ਥੱਲੇ ਜੀ ਤਕਰੀਬਨ ਇੱਕ ਟਾਈਮ ਦਾ ਜਿਹੜਾ 7 ਕਿਲੋ ਦੁੱਧ ਹੈ ਜੀ। 7 ਕਿਲੋ ਇੱਕ ਟਾਈਮ ਦਾ ਦੁੱਧ ਹੈ ਜੀ ਇਹਦੇ ਥੱਲੇ, ਤੇ ਇਹਦੇ ਪਿੱਛੇ ਵੱਛੀ ਹੈ, ਵੱਛੀ ਥੱਲੇ। ਅੱਗੇ ਲੈ ਆਓ ਜੀ, ਚੋਲਿਸਤਾਨੀ ਨਸਲ ਦੀ ਦੋਸਤੋ, ਦੇਸੀ ਚੋਲਿਸਤਾਨੀ। ਤੇ ਇਹਦੇ ਥੱਲੇ ਬੱਚੀ ਜੀ ਮਰ ਗਈ ਹੈ ਜੀ, ਬੱਚੀ ਮਰ ਗਈ ਹੈ। ਇਹ 1 ਮਹੀਨੇ ਦੀ ਸੂਈ ਹੋਈ ਹੈ, 1 ਮਹੀਨੇ ਦੀ ਸੂਈ ਦੁੱਧ। ਦੁੱਧ ਇਹਦੇ ਥੱਲੇ ਹੈ ਜੀ 6 ਕਿਲੋ ਇੱਕ ਟਾਈਮ, 6 ਕਿਲੋ। ਔਰ ਲੈ ਆਓ ਅੱਗੇ 12 ਕਿਲੋ ਜੀ। ਅੱਗੇ ਹੈ ਇਹਦੇ ਥੱਲੇ ਜੀ ਦੁੱਧ ਹੈ ਆਪਣਾ 3 ਕੁ ਕਿਲੋ ਇੱਕ ਟਾਈਮ ਦਾ, ਮਤਲਬ 6 ਕਿਲੋ ਦੋਨਾਂ ਦਾ। ਬੱਚਾ ਕੋਈ ਨਹੀਂ, ਬੱਚਾ ਇਹਦਾ ਹੈ, ਬੱਚਾ ਜੀ, ਬੱਚਾ ਬੱਚਾ ਮਗਰ ਇਹ ਤਾਜ਼ੀ ਸੂਈ ਹੈ, ਤਾਜ਼ੀ ਸੂਈ ਹੈ ਬੱਚਾ। ਮਗਰ ਬ੍ਰੇਕ ਲਾ, ਉੱਥੇ ਲੈ ਚਲੀ ਜਾ ਜੀ। ਬੱਚੇ ਥੱਲੇ ਜੇ ਵੱਛਾ ਵੱਛੀਆਂ, ਤੇ ਇਹ ਜਿਹੜੀ ਜਿਹੜੀ ਗਾਂ ਦੀ ਤੁਸੀਂ ਤੁਹਾਨੂੰ ਚਾਹੀਦੀ ਹੋਵੇ ਨਾ ਡਿਟੇਲ, ਕਿ ਸਾਨੂੰ ਬੱਚਾ ਦਿਖਾਵੋ ਜਾਂ ਸਾਨੂੰ ਉਸ ਗਾਂ ਦਾ ਡਿਟੇਲ ਦੇਵੋ, ਉਹ ਤੁਸੀਂ ਇਹਨਾਂ ਨੂੰ ਤਸਵੀਰ ਭੇਜ ਦੇਣੀ ਹੈ ਕਿ ਇਹ ਵਾਲੀ ਗਾਂ ਸਾਨੂੰ ਜਾਂ ਮੱਝ ਸਾਨੂੰ ਪਸੰਦ ਹੈ ਤੇ ਸਾਨੂੰ ਦੇਵੋ। ਅੱਗੇ ਉਹ ਗਾਵਾਂ ਦਿਖਾਵੋ, ਲੈ ਚਲੋ ਜੀ। ਉਹ ਕਾਲੀ ਵੈਣ ਵੀ ਕਰਾਤੀ ਦੀ ਹੈ ਗੱਬੜ। ਸਾਈਵਾਲ ਕ੍ਰਾਸ ਹੈ, ਸਾਈਵਾਲ ਦੇਸੀ ਕ੍ਰਾਸ ਹੈ। ਅੱਗੇ ਲੈ ਆ ਬੱਚੇ ਦੋਸਤੋ, ਦੋ ਇਹਨਾਂ ਦੇ ਕੋਲ ਬਾਈ ਫੈਸਲ ਦੇ ਕੋਲ। ਬੱਚੇ ਵੀ ਕੋਈ ਦੋਸਤ ਖਰੀਦਣਾ ਚਾਹੇ ਤੇ ਆ ਚੋਲਿਸਤਾਨੀ, ਇੱਕ ਸਾਈਵਾਲ ਹੈ। ਹਾਂਜੀ, ਇਹ ਵੀ ਦੇਸੀ ਤੇ ਸਾਈਵਾਲ ਹੀ ਕ੍ਰਾਸ ਹੈ। ਤੇ ਬੱਚੇ ਵੀ ਕੋਈ ਦੋਸਤ ਖਰੀਦਣਾ ਚਾਹੇ ਤੇ ਬੱਚੇ ਵੀ ਬਾਈ ਫੈਸਲ ਦੇ ਕੋਲ ਹਨ। ਠੀਕ ਹੈ, ਕੋਈ ਨਹੀਂ, ਅੱਗੇ ਲੈ ਆਓ ਇੱਧਰ ਗਾਵਾਂ ਵੱਲ ਲਿਆਓ। ਇਹ ਦੋਸਤੋ ਗਾਵਾਂ ਨਾਲ ਹੀ ਹਨ ਬਾਈ ਹੋਰਾਂ ਦੇ ਕੋਲ, ਵਲੈਤਨ ਕ੍ਰਾਸ ਹੈ। ਇਹ ਕਿੰਨੇ ਕੁ ਦਿਨਾਂ ਦੀ ਸੂਈ ਹੋਈ ਹੈ? ਨਹੀਂ ਜੀ, ਇਹ ਸੂਣ ਵਾਲੀਆਂ ਨੇ। ਅੱਛਾ, ਸੂਣ ਵਾਲੀ ਹੈ, ਤਿੰਨੇ ਚਾਰੇ ਜਿਹੜੀਆਂ ਬਣੀਆਂ ਹੋਈਆਂ। ਕਿੰਨੇ 7 ਮਹੀਨੇ ਤੋਂ ਉੱਤੇ ਹੋ ਗਏ? 7 ਮਹੀਨੇ ਤੋਂ ਉੱਪਰ ਦਿਨ ਹੋ ਗਏ ਨੇ ਦੋਸਤੋ ਬਣੀ ਨੂੰ। ਹਾਂਜੀ, ਤੇ ਵਲੈਤਨ ਕ੍ਰਾਸ ਜੇ, ਵਲੈਤਨ ਤੇ ਆਪਣਾ ਆਸਟ੍ਰੇਲੀਆ ਫ੍ਰੀਜ਼ਨ ਕ੍ਰਾਸ ਜਿਹਨੂੰ ਕਹਿੰਦੇ ਨੇ। 7 ਇਹ ਪਹਿਲਾਂ ਨਾ? ਹਾਂਜੀ ਹਾਂਜੀ, ਪਹਿਲਾਂ ਬਣੀਆਂ ਹੋਈਆਂ ਵਿਹੜੀਆਂ ਜੀ। ਲਿਆਓ ਅੱਗੇ ਦੂਜੀ ਤੇ। ਇਹ ਵੀ ਜੀ ਮਾਸ਼ਾਅੱਲਾ ਸੋਹਣੇ ਜ਼ੀਰੋ ਸਿਰੋ ਜਿਹੜਾ ਨਾ ਗੋਨੀ ਵਲੈਤਨ ਤੇ ਸਾਈਵਾਲ, ਇਹਨੂੰ ਕਿੰਨੇ ਕੁ ਮਹੀਨੇ ਹੋ ਗਏ ਨੇ ਬਣੀ ਨੂੰ? ਇਹਨੂੰ ਜੀ ਆਪਣਾ ਹੋ ਗਿਆ ਜੀ 5 ਮਹੀਨੇ। 5 ਮਹੀਨੇ ਇਸ ਵਿਹੜ ਨੂੰ ਬਣੀ ਨੂੰ ਹੋ ਗਏ ਨੇ, ਪਹਿਲਾਂ ਵਿਹੜ ਹੈ ਜੀ। ਤੇ ਬਾਕੀ ਮਾਸ਼ਾਅੱਲਾ ਮੋਟੀ ਤਾਜ਼ੀ ਸੌਖੀ ਹੈ, ਤੇ ਸਿਰੋਂ ਗੋਨੀ ਹੈ ਜੀ। ਅਗਰ ਕਿਸੇ ਦੋਸਤ ਨੂੰ ਇਸ ਤਰ੍ਹਾਂ ਦੀ ਵਿਹੜੀਆਂ ਚਾਹੀਦੀਆਂ ਤਾਂ ਉਹ ਵੀ ਬਾਈ ਫੈਸਲ ਨਾਲ ਰਾਬਤਾ ਕਰਕੇ ਖਰੀਦ ਸਕਦਾ ਹੈ। ਠੀਕ ਹੈ, ਬੰਨੋ ਉਹ ਅੱਗੇ ਵੱਛਾ। ਹਾਂਜੀ ਹਾਂਜੀ, ਵੱਛਾ ਵੀ ਦਿਖਾ ਦੇਵੋ। ਗੋੜੀ ਛੱਡ, ਵੱਛਾ ਦਿਖਾ ਦਿਓ ਤੁਸੀਂ ਬਈ, ਗੋੜੀ ਲੈ ਆਵੋ ਬਾਹਰ। ਇਹ ਦੋਸਤੋ ਵੱਛਾ ਜੇ ਦੇਸੀ ਤੇ ਤਕਰੀਬਨ ਸਾਈਵਾਲ ਹੀ ਆ ਸਿਰੋ ਗੋਨਾ। ਅਗਰ ਇਹ ਵੀ ਕਿਸੇ ਦੋਸਤ ਬਾਈ ਨੂੰ ਪਸੰਦ ਆਵੇ ਤੇ ਬਾਈ ਫੈਸਲ ਇੱਧਰ ਆਉਣਾ ਤੁਸੀਂ ਜੀ ਜੀ। ਅਸੀਂ ਦਿਖਾਉਂਦੇ ਹਾਂ, ਗੋੜੀ ਦਿਖਾ ਰਹੇ ਹਾਂ ਬਾਈ ਫੈਸਲ। ਤੁਹਾਡੇ ਅੱਗੇ ਰਿਕੁਐਸਟ ਹੈ ਕਿ ਜਿਹੜਾ ਦੋਸਤ ਤੁਹਾਡੇ ਨਾਲ ਰਾਬਤਾ ਕਰੇ
ਤੁਸੀਂ ਉਹਦੇ ਡਿਟੇਲ ਨਾਲ ਨਾ ਗੋੜੀ ਪਹਿਲੇ ਵਿਖਾ ਲਓ। ਇਹ ਦੋਸਤੋ ਗੋੜੀ ਜੀ ਮਾਸ਼ਾਅੱਲਾ ਚੰਗਾ ਉੱਚਾ ਲੰਮਾ ਕੱਦ ਸੋਹਣਾ ਕੁਮੈਤ ਰੰਗ ਹੈ ਗੋੜੀ ਦਾ। ਤੇ ਇਹਦੀ ਕਿੰਨੀ ਕੁ ਹੈ ਆਪਣਾ ਕੋਈ ਉਮਰ ਸ਼ੁਮਰ ਦਾ ਅੰਦਾਜ਼ਾ ਜਾਂ ਕੋਈ ਬਣੀ ਬੁਣੀ ਕੋਈ ਹੈ? ਇਹ ਕੋਈ ਆਪਣਾ 12 ਸਾਲ ਇਹਦੀ ਉਮਰ ਹੈ ਤਕਰੀਬਨ ਜੀ। ਤੁਸੀਂ ਇਹਨੂੰ ਰੇੜੇ ਵਾਸਤੇ ਇਸਤੇਮਾਲ ਕੀਤਾ? ਹਾਂਜੀ, ਲੇਕਿਨ ਅਸੀਂ ਜਿੱਥੋਂ ਲਈ ਇਹ ਡਾਂਸਰ ਵੀ ਹੈ। ਅੱਛਾ, ਇਹ ਦੌੜ ਵਾਲੀ ਵੀ ਹੈ। ਅੱਛਾ, ਲੇਕਿਨ ਤੁਸੀਂ ਤੇ ਵੈਸੇ ਵੀ ਸਵਾਰੀ ਕਰਦੇ ਹੋ? ਹਾਂਜੀ। ਅੱਛਾ, ਗੋੜੀ ਤਾਂ ਮਾਸ਼ਾਅੱਲਾ ਸੋਹਣੀ ਸੀ, ਲੇਕਿਨ ਤੁਸੀਂ ਇਸ ਕੰਮ ਵਿੱਚ ਇਸਤੇਮਾਲ ਕਰਕੇ ਨਾ ਬਿਲਕੁਲ ਇਹਨੂੰ ਖਤਮ ਕਰ ਛੱਡਿਆ। ਖੈਰ ਦੋਸਤੋ, ਮਾਸ਼ਾਅੱਲਾ ਬੜੀ ਸੋਹਣੀ ਜੇ ਕਾਦਾਵਰ ਗੋੜੀ ਹੈ। ਅਗਰ ਕੋਈ ਦੋਸਤ ਬਾਈ ਪਸੰਦ ਕਰਕੇ ਵੀ ਖਰੀਦਣਾ ਚਾਹੇ ਤਾਂ ਬਾਈ ਫੈਸਲ ਕੋਲ ਡਿਟੇਲ ਜਾਂ ਵੀਡੀਓ ਮੰਗਵਾ ਸਕਦਾ। ਨੰਬਰ ਲਿਖਿਆ ਗੋੜੀ, ਹਾਂਜੀ 88 ਨੰਬਰ। ਠੀਕ ਹੋ ਗਿਆ, ਬ੍ਰੇਕ ਲਾ ਕੇ ਤੋ ਲਓ। ਅੱਛਾ ਦੋਸਤੋ, ਫੈਸਲ ਬਾਈ ਦਾ ਤੁਹਾਨੂੰ ਤਾਰਫ ਵੀ ਕਰਵਾਇਆ, ਮਾਲ ਜਿਸ ਤਰ੍ਹਾਂ ਦਾ ਵੀ ਹੈ ਮਾੜਾ ਚੰਗਾ, ਇਹ ਬਸ ਇੱਕ ਮਜਬੂਰੀ ਪਿੱਛੇ ਮੁਕੰਮਲ ਖਤਮ ਕਰਨਾ ਚਾਹੁੰਦੇ ਨੇ, ਸੇਲ ਕਰਨਾ ਚਾਹੁੰਦੇ ਨੇ। ਅਗਰ ਕਿਸੇ ਦੋਸਤ ਨੂੰ ਜਿਹੜਾ ਜਾਨਵਰ ਪਸੰਦ ਹੈ ਉਹਦੀ ਸਕਰੀਨਸ਼ਾਟ ਲੈ ਕੇ ਬਾਈ ਨੂੰ ਭੇਜੋ ਕਿ ਇਸ ਤਰ੍ਹਾਂ ਦਾ ਸਾਨੂੰ ਜਾਨਵਰ ਚਾਹੀਦਾ, ਤੁਹਾਨੂੰ ਉਹਦੀ ਡਿਟੇਲ ਵੀ ਦੇਣਗੇ ਅਤੇ ਵੀਡੀਓ ਵੀ ਦੇਣਗੇ। ਕਾਈਂਡਲੀ ਸਾਰਿਆਂ ਦੋਸਤਾਂ ਅੱਗੇ ਰਿਕੁਐਸਟ ਇਹ ਹੈ ਕਿ ਬਾਈ ਫੈਸਲ ਨੂੰ ਬਿਲਾ ਵਜ੍ਹਾ ਨਹੀਂ ਤੰਗ ਕਰਨਾ, ਮਾਸ਼ਾਅੱਲਾ ਅੱਛੇ ਆਦਮੀ ਹਨ। ਅਤੇ ਇਹਨਾਂ ਨੂੰ ਸਿਰਫ ਜਿਹੜੇ ਇੰਟਰਸਟਡ ਦੋਸਤ ਹਨ ਜਿਨ੍ਹਾਂ ਨੇ ਖਰੀਦਣਾ ਉਹ ਰਾਬਤਾ ਕਰਨ। ਫੈਸਲ ਬਾਈ ਜਿਹੜੇ ਦੋਸਤ ਤੁਹਾਡੇ ਨਾਲ ਰਾਬਤਾ ਕਰਨ, ਕਾਈਂਡਲੀ ਤੁਸੀਂ ਇਹ ਤਾਮਨ ਕਰਨਾ ਕਿ ਉਹਨਾਂ ਨੂੰ ਵੀਡੀਓ ਲਾਜ਼ਮੀ ਭੇਜਣੀ, ਉਹਨਾਂ ਨੂੰ ਡਿਟੇਲ ਦੇਣੀ ਅਤੇ ਰੇਟ ਜਿੰਨੇ ਵੀ ਹਨ ਨਾ ਜੀ ਇਹ ਤੁਹਾਡੀ ਮਿਹਰਬਾਨੀ ਹੈ, ਬਿਲਕੁਲ ਮੁਨਾਸਬ ਜਿੰਨੇ ਦੀ ਤੁਹਾਡੀ ਚੀਜ਼ ਹੈ ਨਾ ਜੀ, ਤੁਸੀਂ ਉਹ ਰੇਟ ਦੱਸਣਾ ਜਿੰਨੇ ਦੀ ਤੁਹਾਡੀ ਚੀਜ਼ ਸੇਲ ਵੀ ਹੋ ਜਾਏ। ਇਸ ਤਰ੍ਹਾਂ ਤੁਹਾਡਾ ਵੀ ਟਾਈਮ ਜ਼ਾਇਆ ਹੋਏਗਾ ਅਤੇ ਤੁਹਾਡੇ ਸਾਡੇ ਦੋਸਤਾਂ ਦਾ ਵੀ ਟਾਈਮ ਜ਼ਾਇਆ ਹੋਏਗਾ। ਅਗਰ ਜੀ ਕੋਈ ਭਰਾ ਮੇਰਾ ਜੀ ਸਾਰੀ ਗਵਾਲ ਖਰੀਦਣਾ ਚਾਹੇ ਜੀ ਜੀ, ਇਨਸ਼ਾਅੱਲਾ ਅੱਲਾਹ ਪਾਕ ਦੇ ਹੁਕਮ ਨਾਲ ਜੀ ਜੀ ਉਹਦੀ ਸੋਚ ਦੇ ਮੁਤਾਬਕ ਜੀ ਜੀ ਸਾਰੀ ਗਵਾਲ ਉਹਨੂੰ ਮੁਨਾਸਬ ਰੇਟ ਤੇ ਦੇ ਦਾਂਗੇ ਜੀ। ਠੀਕ ਹੋ ਗਿਆ, ਬੜੀ ਮਿਹਰਬਾਨੀ ਫੈਸਲ, ਮੁਨਾਸਬ ਰੇਟ ਤੇ ਉਹਨੂੰ ਮਿਲ ਜਾਏ ਜੀ। ਅਗਰ ਕੋਈ ਇੱਕ ਇੱਕ ਵੀ ਖਰੀਦਣਾ ਚਾਹੇ ਤਾਂ ਤੁਸੀਂ ਉਹ ਵੀ ਬਿਲਕੁਲ ਉਹ ਵੀ ਜੀ ਬਿਲਕੁਲ ਪਿਆਰ ਮੁਹੱਬਤ ਕਰਾਂਗੇ। ਠੀਕ ਹੈ ਦੋਸਤੋ, ਬਹੁਤ ਸ਼ੁਕਰੀਆ। ਹੋਰ ਵੀ ਅਸੀਂ 3-4 ਫਾਰਮਾਂ ਦਾ ਵਿਜ਼ਿਟ ਕੀਤਾ, ਇਨਸ਼ਾਅੱਲਾ ਉਹਨਾਂ ਦੀ ਵੀ ਅਸੀਂ ਵੀਡੀਓ ਪਾਣੀ ਹੈ। ਜਿਹੜੇ ਦੋਸਤ ਨੇ ਕੋਈ ਫਾਰਮ ਮੁਕੰਮਲ ਖਰੀਦਣਾ ਹੋਵੇ ਜਾਂ ਗਵਾਲ ਖਰੀਦਣਾ ਹੋਵੇ ਸਾਡੇ ਨਾਲ ਰਾਬਤਾ ਕਰ ਸਕਦੇ ਆ, ਇਨਸ਼ਾਅੱਲਾ ਤੁਹਾਨੂੰ ਤੁਹਾਡੇ ਮਿਆਰ ਦੇ ਮੁਤਾਬਿਕ ਵੀਡੀਓ ਦੇਵਾਂਗੇ। ਠੀਕ ਹੈ ਦੋਸਤੋ, ਅਗਲੀ ਵੀਡੀਓ ਤੱਕ ਦੇਵੋ ਇਜਾਜ਼ਤ, ਅੱਲਾਹ ਹਾਫਿਜ਼।